ਓਏ ਉੱਠ ਉੱਠ, ਕੁਛ ਨਹੀਂ ਹੁੰਦਾ, ਉੱਠ ਉੱਠ ਪਾਗਲ, ਉਹ ਦੱਸ ਪਾਗਲ ਡਰ ਗਏ। ਖੈਰ ਜੀ ਉਸਮਾਨ ਭਾਈ, ਅਚਾਨਕ ਹਮਲਾ ਕਰ ਦਿਆ ਕਿ ਨਹੀਂ ਕਰ ਦਿਆ? ਹਾਂਜੀ ਹਾਂਜੀ, ਥੋੜੀ ਸੀ ਸਿਹਤ ਠੀਕ ਹੋਈ ਹੈ। ਅੱਛਾ, ਬੱਚੇ ਵੀ ਗਏ ਵਾਲੇ ਦਿਨ ਸੇ ਕਹੀਂ ਵੀ ਹਾਲ ਹੈ? ਹਾਂ, ਈਦ ਮਿਲਣੀ, ਅਹਿਮਦ ਈਦ ਨਹੀਂ ਮਿਲਣੀ? ਅਸਲਾਮ ਅਲੈਕੁਮ ਜੀ, ਵਾਲੇਕੁਮ ਸਲਾਮ ਜੀ, ਠੀਕ ਹੈ ਜੀ। ਉਸਮਾਨ ਭਾਈ ਇੱਧਰ ਚਾਰ ਭਾਈ ਤੇ ਆਇਓ ਹੈਂ। ਅੱਛਾ, ਪੰਖੇ ਤੋਂ ਬਚਣਾ, ਮਾਸ਼ਾ ਜੀ ਅਲਹਮਦੁਲਿਲਾ ਬਾਈ। ਉਸਮਾਨ ਦਾ ਅਸਲ ਮਕਸਦ ਸੀ ਕਿ ਇਹ ਗੋਸ਼ਤ ਪਹੁੰਚਾਉਣਾ ਨਾਲ ਈਦ ਮਿਲਣ ਵਾਸਤੇ, ਅਤੇ ਸਾਰੀ ਫੈਮਿਲੀ ਅਲਹਮਦੁਲਿਲਾ ਆਈ ਹੈ। ਥੈਂਕ ਯੂ ਉਸਮਾਨ ਬਾਈ, ਮਕਸਦ ਦਰਅਸਲ ਮੈਂ ਗੋਸ਼ਤ ਪਹੁੰਚਾਉਣਾ ਸੀ ਹੈਂ, ਈਦ ਮਿਲਣ ਨਹੀਂ ਆਏ ਹੈਂ। ਅੱਛਾ ਅੱਛਾ, ਹਾਂ ਮੁਕੱਦਸ ਗੋਸ਼ਤ ਜਿਹੜਾ ਨਾ ਚੁੱਕ ਕੇ ਫਰਿੱਜ ਪਹਿਲੇ ਰੱਖ ਲਾ ਬਾਜੀ ਵਗੈਰਾ। ਮਾਸ਼ਾ ਅੱਲਾ ਜੀ ਅਲਹਮਦੁਲਿਲਾ, ਜੂਸ ਤਿਆਰ ਸੀ। ਚਲੋ ਜੀ, ਮਹਿਮਾਨ ਜਿਹੜੇ ਆ ਉਹ ਭਾਈ ਵੱਲ ਜਾ ਰਹੇ, ਅਤੇ ਅਸੀਂ ਆ ਕੇ ਤੁਹਾਡੇ ਨਾਲ ਹੀ ਚੱਲਦੇ ਹਾਂ, ਸੀ ਆਫ ਕਰਨੇ ਹਾਂ, ਜਾ ਕੇ ਉਹਨਾਂ ਨੂੰ ਉੱਥੇ ਛੱਡ ਕੇ ਆਉਂਦੇ ਹਾਂ। ਕੁੰਡੀ ਲਾਤੀ, ਦਰਵਾਜ਼ਾ ਤਾਂ ਖੁੱਲ੍ਹਾ ਹੋਇਆ, ਕੁੰਡੀ ਲਾਈ ਹੈ? ਅੱਛਾ, ਦਰਵਾਜ਼ਾ ਹੀ ਸਾਡਾ ਜੀ ਇੱਦਾਂ ਦਾ, ਮੈਂ ਸਮਝਿਆ ਕੁੰਡੀ ਖੁੱਲ੍ਹਾ, ਦਰਵਾਜ਼ਾ ਵੈਸੇ ਹੀ ਟੁੱਟਾ ਪਿਆ। ਕੀ ਹੋਇਆ? ਸਿਉਂਕ ਨੇ ਖਾ ਲਿਆ। ਸਿਉਂਕ ਨੇ, ਸਿਉਂਕ ਹੈ ਹੀ ਬਹੁਤ। ਇਹ ਨਾ ਮੈਨੂੰ ਮਿਲੇ ਹੀ ਨਹੀਂ ਸੀਗੇ, ਅਤੇ ਮੈਂ ਪਾਏ ਨਹੀਂ, ਮੈਨੂੰ ਯਾਦ ਹੀ ਨਹੀਂ। ਫਿਰ ਮੈਂ ਦੂਸਰਾ ਅੱਜ ਮੈਨੂੰ ਨਾ ਇਮਰਾਨ ਦੇ ਕੱਪੜੇ ਜਿਹੜੇ ਮੈਂ ਧੋਣ ਲੱਗੀ, ਧੋਣ ਵਾਸਤੇ ਨਾ ਮਸ਼ੀਨ 'ਚ ਰੱਖਣ ਲੱਗੀ, ਤਾਂ ਉਹਦੇ ਵਿੱਚ ਮੈਂ ਕਿਹਾ ਇਹ ਕਾਂਢੇ, ਮੈਂ ਕੀ ਮੈਨੂੰ ਦੱਸਿਆ ਹੀ ਨਹੀਂ। ਮੈਂ ਕਹਿੰਦੇ ਹਾਂ ਤਾਂ ਈਦ ਪਾ ਲੈਂਦੀ, ਅਤੇ ਅੱਜ ਈਦ ਦਾ ਤੀਸਰਾ ਦਿਨ, ਈਦ ਤਾਂ ਹੈਗੀ ਹੈ ਨਾ, ਫਿਰ ਮਨਾਉਣੀ ਤਾਂ ਹੈਗੀ ਨਾ। ਫਿਰ ਅੱਜ ਮਿਲੇ ਅਤੇ ਅੱਜ ਮੈਂ ਕਿਹਾ ਚਲੋ ਅੱਜ ਤਿਆਰ ਹੁੰਦੇ ਹਾਂ, ਅਤੇ ਨਾਲ ਮੇਰੇ ਕੋਲ ਜਿਹੜੀ ਕੁਛ ਪਹਿਲੇ ਦੀ ਚੀਜ਼ਾਂ ਪਈਆਂ ਸੀ ਛੋਟੀ ਈਦ ਦੀਆਂ, ਅਤੇ ਇਹ ਜਿਹੜੀਆਂ ਨਾ ਇਮਰਾਨ ਕੱਲ੍ਹ ਪਰਸੋਂ ਪਤਾ ਨਹੀਂ ਲੈ ਕੇ ਆਏ, ਅਤੇ ਭੁੱਲ ਗਿਆ। ਫਿਰ ਇਸ ਨੂੰ ਕੱਪੜੇ ਜਦੋਂ ਧੋਣ ਲੱਗੇ ਉਦੋਂ ਮੈਨੂੰ ਨਜ਼ਰ ਆਏ, ਅਤੇ ਮੈਂ ਫਿਰ ਕੱਢ ਲਈ। ਮੈਂ ਕਿਹਾ ਹੁਣ ਤਿਆਰ ਹੁੰਦੀ ਗਈ, ਸਾਰਾ ਸਮਾਨ ਜਿਹੜਾ ਨਾ ਮੈਂ ਕੋਲ ਰੱਖ ਲਿਆ, ਔਰ ਨਾਲੇ ਜਿਹੜਾ ਨਾ ਤਿਆਰ ਸ਼ਿਆਰ ਹੋ ਕੇ ਨਾ ਅੱਜ ਅਸੀਂ ਨਾ ਕਿਤੇ ਜਾਣ ਲੱਗੇ, ਅਤੇ ਸਾਡੇ ਨਾਲ ਵੀ ਇਨਸ਼ਾ ਅੱਲਾ ਸ਼ੇਅਰ ਕਰਨ ਕਿ ਅਸੀਂ ਕਿੱਥੇ ਜਾ ਰਹੇ ਹਾਂ। ਪਰ ਇਹ ਜੀ ਲਾਲ ਰੰਗ ਦੀਆਂ ਚੂੜੀਆਂ, ਇਹ ਤਾਂ ਤੁਸੀਂ ਦੇਖੀਆਂ ਹੋਈਆਂ ਪਿਛਲੀ ਈਦ 'ਤੇ, ਛੋਟੀ 'ਤੇ ਬਣਾਈਆਂ ਸੀ।
ਇਹ ਜੀ ਦੇਖੋ ਸੁਰਖੀ, ਇਹੀ ਸੁਰਖੀ ਜਿਹੜੀ ਇਹਨਾਂ ਦੇ ਢੱਕਣ ਦੇ ਵਿੱਚ ਵੀ ਹੈ ਚਿੱਟੀ। ਤਿਆਰ ਹੋ ਗਈ, ਮੇਕਅਪ ਵੀ ਹੋ ਗਿਆ ਔਰ ਜਵੈਲਰੀ ਵੀ ਪਾਣੀ। ਇੱਕ ਚੀਜ਼ ਰਹਿ ਗਈ, ਇਹ ਚੀਜ਼ ਰਹਿ ਗਈ, ਅਲਹਮਦੁਲਿਲਾ ਜੀ ਮੈਂ ਤਿਆਰ ਹੋ ਗਈ ਹਾਂ। ਪਰ ਮੈਂ ਤੁਹਾਨੂੰ ਇੱਕ ਚੀਜ਼ ਦਿਖਾਵਾਂ, ਸੁਣਾਨੀ ਕੀ ਇਹ ਦੇਖੋ ਪਰਸ ਕਿੱਦਾਂ ਦਾ ਲਿਆ ਕੇ ਦਿੱਤਾ ਮੈਂ। ਜਦ ਤੱਕ ਨਰਸ ਹੋ ਗਿਆ ਮੈਂ, ਹੁੰਦਾ ਨਾ ਬੀ ਪੀ ਵਗੈਰਾ ਚੈੱਕ ਕਰਨ ਮਸ਼ੀਨ ਸਮਾਨ ਪਾਈਦਾ, ਉੱਦਾਂ ਦਾ ਹੋ ਗਿਆ। ਫਿਰ ਬਿਜਲੀ ਚੈੱਕ ਕਰਨ ਵਾਲਾ ਬੈਗ ਜੋ ਲੈ ਕੇ ਜਾਊਂਗੀ ਉਦੋਂ ਕਿੱਦਾਂ ਲੱਗੂਗੀ। ਇਹ ਜਿਹੜਾ ਨਾ ਇਮਰਾਨ ਨੇ ਮੈਨੂੰ ਨਾ ਈਦ ਦਾ ਗਿਫਟ ਦਿੱਤਾ, ਇਹ ਈਦ ਦਾ ਗਿਫਟ ਨਹੀਂ ਹੈਗਾ ਜੀ, ਐਵੇਂ ਨਾ ਬੀਜੀ ਕਰ। ਇਹ ਲੰਡੇ 'ਚ ਮੈਨੂੰ ਮਿਲਿਆ ਸਸਤਾ ਜਿਹਾ ਤਾਂ ਮੈਂ ਲੈ ਲਿਆ, ਘਰੇ ਕੰਮ ਆ ਜਾਂਦਾ। ਇਹਦੀ ਜੇਬਾਂ ਪਤਾ ਕਿੰਨੀਆਂ ਵਾ, 1, 2, 3, 4, 5 ਜੇਬਾਂ। ਅਲਹਮਦੁਲਿਲਾ ਜੀ ਜਿੱਥੇ ਅਸੀਂ ਪਹੁੰਚਣਾ ਅਸੀਂ ਪਹੁੰਚ ਗਏ ਹਾਂ। ਜੀ ਸਾਡੇ ਨਾਲ ਹੋਇਆ ਜੀ ਮਜ਼ਾਕ, ਇਹ ਹੋਈ ਆਪਣੇ ਦੋਸਤ ਨੂੰ ਮਿਲਣ ਵਾਸਤੇ, ਕਹਿੰਦੇ ਕਿ ਮੈਂ ਸ਼ਾਮ ਨੂੰ ਵੀ ਕਾਫੀ ਘੰਟੇ ਕੁ ਬਾਅਦ ਆਉਣਾ, ਅਤੇ ਉਹ ਵੀ ਜਿਹੜੇ ਸੋਚੇ ਹੋਏ ਸੀ ਕਿ ਚਲੋ ਹੁਣ ਹੋਰ ਜਗ੍ਹਾ 'ਤੇ ਜਾਂਦੇ ਘੁੰਮ ਫਿਰ ਕੇ ਆਉਂਦੇ, ਕਾਫੀ ਈਦ ਦਾ ਦਿਨ, ਈਦ ਦਾ ਦਿਨ 'ਤੇ ਬੰਦਾ ਖੁਸ਼ੀ ਖੁਸ਼ੀ ਖੁਸ਼ ਮਾਸ਼ਾਅੱਲਾ ਜੀ ਦੇਖੋ ਕਿੰਨੀ ਖੂਬਸੂਰਤ ਹਵਾ ਜਗ੍ਹਾ ਹੈ ਨਾ। ਦੇਖੋ ਹਰਿਆਲੀ ਵੀ ਹੈ, ਨਹਿਰ ਚੱਲ ਰਹੀ ਹੈ, ਅਸਮਾਨ ਸੂਰਜ ਵੀ ਆ, ਔਰ ਇੱਥੇ ਨਾ ਹਵਾ ਚੱਲ ਰਹੀ ਹੈ। ਹਵਾ ਤਾਂ ਸਾਡੇ ਘਰ ਵੀ ਲੱਗਦੀ ਹੈ, ਪਰ ਘਰ ਦੇ ਵਿੱਚ ਨਾ ਕਿ ਹਬਸ ਬਣਿਆ ਪਿਆ ਦੀਵਾਰਾਂ ਦਾ, ਇਹ ਖੁੱਲ੍ਹੇ ਖੁੱਲ੍ਹਾ ਅਸਮਾਨ ਹੈ ਅਤੇ ਸਮਝੋ ਕਿ ਖੁੱਲ੍ਹੀ ਜਗ੍ਹਾ 'ਤੇ ਠੰਡੀ ਹਵਾ ਅਤੇ ਮਜ਼ੇ ਮਸਤ ਮਾਹੌਲ ਅਤੇ ਮਿੱਠੇ ਚੌਲ ਵੀ। ਔਰ ਪਾਰਕ 'ਚ ਵੀ ਜਾ ਸਕਦੇ ਸੀ ਘੁੰਮਣ ਫਿਰਨ, ਕਿਉਂਕਿ ਪਾਰਕ ਦੇ ਵਿੱਚ ਵੀ ਰਸ਼ ਸੀਗਾ, ਅਤੇ ਇਸ ਕਰਕੇ ਨਾ ਵੀ ਇਹ ਸਾਡਾ ਸਮਝੋ ਕਿ ਖਮੋਸ਼ੀ ਵਾਲਾ ਪਾਰਕ ਆ, ਬੜਾ ਸਕੂਨ ਦੇ ਆਰਾਮ ਦੇ। ਔਰ ਮਾਸ਼ਾਅੱਲਾ ਜਦੋਂ ਇਹ ਨਹਿਰ ਚੱਲਦੀ ਹੈ ਨਾ, ਅਤੇ ਨਹਿਰ ਇੱਧਰੋਂ ਹਵਾ ਚੱਲਦੀ, ਫਿਰ ਠੰਡੀ ਹਵਾ ਆਉਂਦੀ ਅਤੇ ਮਜ਼ਾ ਆ ਜਾਂਦਾ। ਉੱਥੇ ਨਾ ਪੀਲੇ ਪੀਲੇ ਫੁੱਲ ਲੱਗੇ ਹੋਏ ਆ, ਮੈਂ ਕਿ ਦੇਖ ਕੇ ਆਉਂਦੀ ਹਾਂ ਉੱਥੇ ਹੈ ਪੀਲੇ ਫੁੱਲ ਕਿਹੜੀ ਚੀਜ਼ ਆ ਉੱਥੇ ਬੀਜੀ ਹੋਈ। ਇਹ ਜੀ ਮਾਸ਼ਾਅੱਲਾ ਤੋਰੀਆਂ ਲੱਗੀਆਂ ਹੋਈਆਂ ਨੇ, ਕਹਿ ਬੜੀ ਹੈ ਔਰ ਇਹ ਛੋਟੀ ਹੈ, ਦੇਸੀਆਂ ਦੇਸੀ ਤੋਰੀ ਲੱਗੀ ਹੋਈ ਮਾਸ਼ਾਅੱਲਾ ਐਨ ਪੋਰੀ ਪੋਰੀ। ਇੱਕ ਸਾਈਡ 'ਤੇ ਅਸੀਂ ਗਏ ਸੀਗੇ ਅਤੇ ਪਰ ਉੱਥੇ ਨਾ ਧੋਖਾ ਹੋ ਗਿਆ, ਅਤੇ ਹੁਣ ਅਸੀਂ ਇੱਥੇ ਆਏ ਸੀ ਕਿਉਂਕਿ ਸਾਡੀ ਭੈਣ ਭਰਾ ਕਹਿੰਦੇ ਸੀਗੇ ਕਿ ਤੁਸੀਂ ਨਾ ਈਦ ਦਾ ਦੇਣਾ, ਤੁਸੀਂ ਬਾਹਰ ਕਿਉਂ ਨਹੀਂ ਜਾਂਦੇ ਸੀਗੇ। ਚਲੋ ਅੱਜ ਨਾ ਬਾਹਰ ਵੀ ਜਾਂਦੇ ਗਏ, ਅਸੀਂ ਅੱਗੇ ਵੀ ਸੀਗੇ ਅਤੇ ਪਰ ਦਰਵਾਜ਼ਾ ਲੱਗਾ ਸੀ, ਫਿਰ ਇਸ ਕਰਕੇ ਤੁਸੀਂ ਬਾਹਰ ਆ ਗਏ ਘੁੰਮਣ ਫਿਰਨ ਵਾਸਤੇ, ਨਾਲੇ ਥੋੜ੍ਹਾ ਨਵਾਂ ਤੁਹਾਨੂੰ ਵਲੋਗ ਦੇ ਵਿੱਚ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਔਰ ਇੱਥੋਂ ਨਾ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਕਿ ਹਰਿਆਲੀ ਇੰਨੀ ਸੋਹਣੀ ਹੈ ਨਾ, ਕਿ ਤੁਹਾਨੂੰ ਪਤਾ ਕਿ ਘਰ ਦੇ ਵਿੱਚ ਹੀ ਰਹੀਦਾ, ਬਾਹਰ ਨਿਕਲੀਦਾ ਨਹੀਂ। ਹੁਣ ਅੱਜ ਨਿਕਲੇ ਬਹੁਤ ਅੱਛਾ ਲੱਗ ਰਿਹਾ।
ਵਾਹ ਮਜ਼ਾ ਹੀ ਆ ਗਿਆ, ਠੰਡੀ ਮਜ਼ੇਦਾਰ ਇਲਾਇਚੀ ਫਲੇਵਰ। ਮਾਸ਼ਾਅੱਲਾ ਜੀ, ਫਿਰ ਵਿਆਹ ਪੀ ਕੇ ਤਾਂ ਸਕੂਨ ਹੋ ਗਿਆ ਔਰ ਹਰਿਆਲੀ ਦੇ ਵਿੱਚ ਬੈਠ। ਅੱਜ ਗਰਮੀ ਇੰਨੀ ਸੀ ਨਾ, ਯਕੀਨ ਕਰ ਜੋ ਬਹੁਤ ਘਬਰਾ ਰਿਹਾ ਸੀ ਦਿਲ। ਚਲੋ ਇਸੇ ਬਹਾਨੇ ਸਰਦਾਈ ਪੀ ਲਈ। ਉਹ ਟੁੱਟ ਕੁਛ ਨਹੀਂ ਹੁੰਦਾ, ਉਹ ਟੁੱਟ ਪਾਗਲ, ਉਹ ਦਾਸ ਪਾਗਲ ਡਰ ਗਈ। ਚੁੱਪ 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 ਉਹਦੇ ਕਰੇ